सब्सक्राइब करो निडर आवाज टीवी नू ते ताज़ा वीडियोस पाउन लई बैल दा बटन दबाओ। जिला तरन तारण के कस्बा सुरसिंह तो वड्डी खबर सामने आ रही है, जिथे कि पुलिस वालों चोरी के आरोप में एक बंदे की मारकुट की जाती है, फिर उस व्यक्ति नू पुलिस के हवाले कर दिया जाता है। परिवार का दोष है कि पुलिस चौंकी सुरसिंह वालों व्यक्ति की बुरी तरह कुटमार की जाती है, परंतु जब उस व्यक्ति की हालत खराब हो जाती है तो उसनू घर भेज दिया जाता है, जिथे कि घर में उस व्यक्ति की मौत हो जाती है। परिवार वालों मृतक व्यक्ति की लाश नू चौंक विच रख के प्रशासन कोलों इंसाफ की मंग की जाती है। ਭਾਜੀ ਅੰਗਰੇਜ਼ ਸਿੰਘ ਆ, ਸਾਡਾ ਨਾਮ ਸੁਖਦੇਵ ਸਿੰਘ। ਭਾਈ ਮੇਰਾ ਚੋਰੀ ਦਾ ਨਾਂ ਲੱਗਾ ਸੀ ਜੀ, ਗੁਰਦੁਆਰਾ ਸਾਹਿਬ ਤੋਂ ਮੋਟਰਸਾਈਕਲ ਚੋਰੀ ਕੀਤਾ ਤੁਸੀਂ, ਠੀਕ ਹੈ ਜੀ, ਮੇਰਾ ਅਤੇ ਮਨਦੀਪ ਸਿੰਘ ਦਾ। ਸਾਨੂੰ ਦੋਵਾਂ ਨੂੰ ਕਾਲ ਲਾ ਕੇ ਲੈ ਕੇ ਗਏ, ਕਹਿੰਦੇ ਵੀ ਸਾਡੇ ਤੋਂ ਵੀਡੀਓ ਹੈਗੀ ਜਿਹਦੇ ਵਿੱਚ ਆਇਆ ਵੀ ਉੱਥੇ CCTV ਕੈਮਰਾ। ਕੌਣ ਲੈ ਕੇ ਗਏ? ਉੱਥੋਂ ਸ਼ੇਰਾ ਕਾਮਰੇਡ ਦੇ, ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਹੋਇਆ। ਅਸੀਂ ਠੀਕ ਹੈ ਜੀ, ਸਾਨੂੰ ਵੀਡੀਓ ਦਿਖਾ ਦਿਓ, ਜੇ ਅਸੀਂ ਵੀਡੀਓ ਦੇ ਵਿੱਚ ਆਵਾਂਗੇ ਜ਼ੋਰ ਜਿਹਾ ਨਾ ਕਹੋਗੇ ਅਸੀਂ ਭਰਾਂਗੇ। ਫਿਰ ਗੁਰਦੁਆਰਾ ਸਾਹਿਬ ਖੜ ਕੇ ਕਹਿੰਦੇ ਵੀ ਸਾਡੇ ਕੋਲ ਵੀਡੀਓ ਕੋਈ ਨਹੀਂ ਹੈਗੀ, ਅਸੀਂ ਖੁਦ ਵੇਖਿਆ, ਠੀਕ ਹੈ ਜੀ। ਅਸੀਂ ਕਿਹਾ ਵੀ ਇੱਥੇ ਥਾਂ ਥਾਂ 'ਤੇ CCTV ਕੈਮਰੇ ਲੱਗੇ, ਤੁਸੀਂ ਸਾਨੂੰ ਕਿਤੇ ਕਿਤੇ ਦੇ ਜਾਂਦੇ ਵੇਖ ਖੜਦਿਆਂ ਸਾਨੂੰ ਦੇਖਿਆ। ਹਾਂਜੀ, ਤੁਹਾਡੀ ਕੁੱਟਮਾਰ ਵੀ ਕੀਤੀ ਗੁਰਦੁਆਰਾ? ਹਾਂਜੀ, ਗੁਰਦੁਆਰਾ ਸਾਹਿਬ ਪਹਿਲਾਂ ਸਾਨੂੰ ਉਹਨਾਂ ਨੇ ਕੁੱਟਿਆ ਜੀ, ਫਿਰ ਚੌਂਕੀ ਦੇ ਗਿਆ, ਫਿਰ ਉਹਨੂੰ ਖੁੜ ਖੁੜ ਕੇ ਰਾਤੀ ਉਹਨੂੰ ਵਿਚਾਰੇ ਰਾਤ ਸਾਰੀ ਰਾਤ ਕੁੱਟਦੇ ਰਹੇ ਜੀ। ਜੇ ਪਾਣੀ ਮੰਗ ਰਿਸ਼ਤੇਦਾਰਾਂ ਕੋਲ ਕਿਸੇ ਤੋਂ ਭੈਣ ਭਰਾਵਾਂ ਤੋਂ ਪੁੱਛ ਲੈਂਦੇ ਹਾਂ, ਸਾਹਿਬ ਸਿੰਘ ਥਾਣੇਦਾਰ, ਅਤੇ ਮੈਂ ਕਿਹਾ ਚਲੋ ਪੁੱਛ ਲੈਂਦੇ ਰਿਸ਼ਤੇਦਾਰਾਂ ਤੋਂ ਕਿਸੇ ਨਾ ਕਿਸੇ ਤੋਂ, ਜਿੰਨੇ ਚਿਰ ਤੱਕ ਮੈਂ ਪੁੱਛਣ ਡਈ ਹਾਂ ਉਹਨੇ ਚਿਰ ਤੱਕ ਇਹਨੂੰ ਘਰੇ ਛੱਡ ਗਿਆ। ਜਦੋਂ ਕੋਈ ਕੋਈ ਸਵਾਲ ਸੀ ਅਤੇ ਫਟਕੋਰੇ ਲੈਣ ਆਇਆ ਕਰਕੇ ਫਟਕੋਰੇ ਲੈਣ ਡਿਆ, ਜਦੋਂ ਕੋਈ ਕੋਈ ਸਵਾਲ ਸੀ ਨਾ ਉਦੋਂ ਇਹਨੂੰ ਘਰੇ ਛੱਡ ਗਿਆ। ਮੈਂ ਮੂੰਹ 'ਚ ਪਾਣੀ ਪਾਇਆ ਅਤੇ ਉਦੋਂ ਇਹਨਾਂ ਦੀ ਜਾਨ ਗੱਲ ਇਸ ਤਰ੍ਹਾਂ ਵਾ ਕਿ ਉਹਨਾਂ ਦਾ ਚੋਰੀ ਦਾ ਨਾਂ ਲੱਗਦਾ ਸੀ, ਠੀਕ ਹੈ, ਗੁਰਦੁਆਰੇ ਕਹਿੰਦੇ ਸੀ ਵੀ ਕਿ ਨਵਦਾ ਇਹਨਾਂ ਨੇ ਚੋਰੀ ਕੀਤੀ ਵਾ, ਅਤੇ ਬਾਅਦ ਵਿੱਚ ਪਹਿਲਾਂ ਕਹਿੰਦੇ ਸੀ ਵੀਡੀਓ ਹੈਗੀ ਆ, ਉੱਥੇ ਖੜ ਕੇ ਕਹਿੰਦੇ ਵੀਡੀਓ ਨਹੀਂ ਹੈਗੀ। ਬਾਅਦ ਵਿੱਚ ਗੁਰਦੁਆਰੇ ਯਾਨੀ ਕਿ ਨਹਿੰਗਾ ਨੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਕੁੱਟਿਆ। ਕਿਹੜੇ ਗੁਰਦੁਆਰੇ? ਸੋਹਣੀ ਸਿੰਘ ਸ਼ੌਣੀ ਸਾਹਿਬ। ਕਿਹੜੇ ਪਿੰਡ? ਸੋਹਣੀ ਸਿੰਘ। ਕੀ ਨਾਂ ਉਹਨਾਂ ਨੇ ਜਿਹਨਾਂ ਕੁੱਟਿਆ ਸੀ? ਜਿੰਨੇ ਚਿਰ ਨੂੰ ਇਕੱਠੇ ਕਰਨ ਦਿਆ ਸੀ ਤੇ ਓਨੇ ਚਿਰ ਨੂੰ ਉਹਦੇ 3-4 ਸਾਹ ਰਹਿ ਗਏ ਤੇ ਉਹਨਾਂ ਨੂੰ ਘਰੇ ਛੱਡ ਕੇ ਤੇ ਘਰੇ ਆਣ ਕੇ ਉਹ ਮੁੱਕ ਗਿਆ। ਪੁਲਿਸ ਨੇ ਕੁੱਟਿਆ? ਪੁਲਿਸ ਨੇ ਕੁੱਟਿਆ। ਤੁਸੀਂ ਕੀ ਮੰਗ ਕਰਦੇ? ਅਸੀਂ ਮੰਗ ਜਿਹੜੇ ਦੋਸ਼ੀ ਆ ਜਾਂ ਜਿਹੜੇ ਹਾਂਜੀ, ਤੁਸੀਂ ਕੀ ਮੰਗ ਕਰਦੇ? ਜਿਹੜੇ ਦੋਸ਼ੀ ਬਸ ਸਾਨੂੰ ਇਨਸਾਫ ਹੀ ਚਾਹੀਦਾ, ਬਸ ਹੋਰ ਨਹੀਂ ਕੁਝ। ਤੁਸੀਂ ਉਹਨਾਂ ਦੇ ਕੀ ਲੱਗਦੇ? ਇਹਨਾਂ ਦੀ ਬੇਟੀਆਂ। ਕੀ ਨਾਂ ਸੀ ਤੁਹਾਡੇ ਪਾਪਾ ਦਾ? ਮਨਦੀਪ ਸਿੰਘ। ਉਮਰ ਕਿੰਨੀ ਕੁ ਹੋਏਗੀ? 40 ਸਾਲ ਦੀ। 45। ਇਹ ਠੀਕ ਹੈ। ਹਾਂਜੀ ਸਰ, ਕੀ ਗੱਲ ਹੋਈ ਸਰ? ਜਿਹੜਾ ਉਹ ਦੋਸ਼ ਲਾਉਂਦੇ ਆ ਵੀ ਹਾਂਜੀ, ਸਾਡੇ ਕੋਲ ਨਾ ਇਹਨੇ ਜਿਹੜੀ ਮਦਈਆ ਵਾ ਨਰਿੰਦਰ ਕੌਰ, ਪਤਨੀ ਮਨਦੀਪ ਸਿੰਘ ਕੌਮ ਵੈਡੀ ਸਿੱਖ ਵਾਸੀ ਸੁਰ ਸਿੰਘ ਆਏ ਸੀਗੇ, ਉਹਨਾਂ ਨੇ ਦੱਸਿਆ ਵੀ ਜਿਹੜਾ ਮੇਰਾ ਘਰ ਵਾਲਾ ਵਾ ਆਪਣਾ ਮਨਦੀਪ ਸਿੰਘ, ਇਹ ਮਤਲਬ ਇਹਦੇ 'ਤੇ ਇਲਜ਼ਾਮ ਲਾਇਆ ਗਿਆ ਸੀਗਾ ਵੀ ਇਹਨੇ ਜਿਹੜਾ ਇੱਕ ਮੋਟਰਸਾਈਕਲ ਜਿਹੜਾ ਵਾ ਉੱਥੇ ਗੁਰਦੁਆਰੇ ਲਾਗੋਂ ਚੋਰੀ ਕੀਤਾ ਵਾ, ਜਿਹੜਾ ਇਹਦੇ ਸੰਬੰਧ ਵਿੱਚ ਜਿਹੜਾ ਕੁਲਦੀਪ ਸਿੰਘ ਭੁੱਟੋ ਸਾਨੂੰ ਕਰਨੈਲ ਸਿੰਘ ਮਜਬੀ ਵਾਸੀ ਸੁਰ ਸਿੰਘ ਆ, ਇਹਨਾਂ ਨੇ ਆਪਣੇ ਲੈਵਲ 'ਤੇ ਇਹਦੀ ਜਿਹੜੀ ਆ ਕੁੱਟਮਾਰ ਕੀਤੀ ਵੀ ਅਸੀਂ ਮੋਟਰਸਾਈਕਲ ਜਿਹੜਾ ਬਰਾਮਦ ਕਰ ਲਈਏ, ਅਤੇ ਜਦੋਂ ਨਹੀਂ ਹੋਇਆ ਬਾਅਦ ਦੇ ਵਿੱਚ ਇਹ ਮਤਲਬ ਜਿਹੜੀ ਸੁਰ ਸਿੰਘ ਚੌਂਕੀ ਆ ਉੱਥੇ ਵੀ ਇਹਨੂੰ ਲੈ ਕੇ ਗਏ ਆ ਵੀ ਇਹਦਾ ਮਤਲਬ ਆ ਇਹਨੇ ਮੋਟਰਸਾਈਕਲ ਚੋਰੀ ਕੀਤਾ ਵਾ, ਅਤੇ ਉਹ ਚੌਂਕੀ ਵਾਲਿਆਂ ਚਲੋ ਸਾਰੀ ਗੱਲਬਾਤ ਸੁਣ ਕੇ ਉਹਨਾਂ ਕਿਹਾ ਵੀ ਇਹਨੂੰ ਇਹਦੇ ਨਾਲ ਜੀ ਕੁੱਟਮਾਰ ਹੋਈ ਆ ਅਤੇ ਅਸੀਂ ਇਹਨੂੰ ਮਤਲਬ ਬਹੁਤਾ ਟਾਈਮ ਰੱਖ ਨਹੀਂ ਸਕਦੇ, ਅਤੇ ਬਾਅਦ ਦੇ ਵਿੱਚ ਇਹਦੇ ਹੈਂਡਓਵਰ ਕਰ ਦਿੱਤਾ ਵੀ ਇਹਦੇ ਘਰ ਛੱਡਿਆ। ਜਦੋਂ ਇਹ ਘਰੇ ਗਿਆ, ਘਰੇ 1-2 ਘੰਟੇ ਰਹਿਣ ਤੋਂ ਬਾਅਦ ਇਹਦੀ ਮੌਤ ਹੋ ਗਈ ਆ, ਅਤੇ ਉਹਦੇ ਬਾਰੇ ਜਿਹੜਾ ਅਸੀਂ ਜਿਹੜਾ ਨਰਿੰਦਰ ਕੌਰ ਦੇ ਬਿਆਨਾਂ ਦੇ ਉੱਤੇ ਜਿਹੜਾ ਕੁਲਦੀਪ ਸਿੰਘ ਏਰੀਅਸ ਭੁੱਟੋ ਦੇ 2-3 ਹੋਰ ਜਿਹੜੇ ਅਣਪਛਾਤੇ ਬੰਦੇ ਆ ਉਹਨਾਂ ਦੇ ਖਿਲਾਫ਼ ਜਿਹੜੀ ਆ ਨਾ ਪਰਚਾ 304 ਦਾ ਦਰਜ ਕਰ ਦਿੱਤਾ ਕਰ ਰਹੇ ਹਾਂ, ਅਤੇ ਉਹਦੀ ਜਿਹੜੀ ਆ ਲਾਸ਼ ਜਿਹੜੀ ਆ ਉਹਦਾ ਪੋਸਟਮਾਰਟਮ ਕਰਾਇਆ ਜਾਊਗਾ ਅਤੇ ਇਹਦੀ ਡੰਗਿਆਈ ਨਾਲ ਤਫਤੀਸ਼ ਕੀਤੀ ਜਾਏਗੀ। ਹੋਰ ਵੀ ਜੇ ਕੋਈ ਤੱਥ ਦੇ ਸਾਹਮਣੇ ਆਏ ਤਾਂ ਉਸ ਸਫਾਮਿਸਲ 'ਤੇ ਲਿਆ ਕੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਸਰ ਉਹ ਤੁਹਾਨੂੰ ਉਹਨਾਂ ਬਿਆਨ ਦੇ ਤੇ ਵੀ ਮਤਲਬ ਫੜਿਆ ਨਹੀਂ, ਪਰ ਉਹਦੇ ਨਾਲ ਉਹ ਬਾਈਟ ਦਿੰਦੇ ਆ ਵੀ ਮਤਲਬ ਉਹ ਅੰਦਰ ਸੀ ਜਾਂ ਪੁਲਿਸ ਨੇ ਕੁੱਟਮਾਰ ਕੀਤੀ, ਉਹਦੇ ਨਾਲ ਜਿਹੜਾ ਮੁੰਡਾ ਕਹਿੰਦਾ ਪੁਲਿਸ ਨੇ ਕੁੱਟਿਆ ਜੀ, ਉਹਦੇ ਬਾਰੇ ਕੋਈ ਕਹੋਗੇ? ਨਹੀਂ ਨਹੀਂ ਉਹ ਸਾਨੂੰ ਕਿਸੇ ਦਾ ਨਹੀਂ ਪਤਾ, ਪਰ ਜਿਹੜੀ ਉਹਦੀ ਵਾਈਫ ਆ ਉਹਨੇ ਕੋਈ ਇਹੋ ਜਿਹਾ ਬਿਆਨ ਨਹੀਂ ਲਿਖਾਇਆ ਵੀ ਇਹਦੀ ਪੁਲਿਸ ਨੇ ਕੁੱਟਮਾਰ ਕੀਤੀ ਆ, ਉਹਨੇ ਸਿਰਫ ਲਿਖਵਾਇਆ ਕਿ ਜਿਹੜਾ ਸਿਵਲ ਦਾ ਬੰਦਾ ਵਾ ਇਹਨਾਂ ਦੇ ਪਿੰਡ ਦਾ ਕੁਲਦੀਪ ਸਿੰਘ ਭੁੱਟੋ ਅਤੇ ਉਹਦੇ ਨਾਲ 2-3 ਅਣ ਪਛਾਤੇ ਬੰਦੇ ਆ, ਇਹਨਾਂ ਇਹਦੀ ਕੁੱਟਮਾਰ ਕੀਤੀ ਆ ਜਿਹੜੇ ਸਾਨੂੰ ਇਹਨਾਂ ਬਿਆਨ ਲਿਖਾਇਆ ਲਿਖਤੀ ਤੌਰ 'ਤੇ, ਜਿਹਦੇ ਸੰਬੰਧ ਦੇ ਵਿੱਚ ਜੋ ਵੀ ਸਾਨੂੰ ਕੋਈ ਇਹਨਾਂ ਲਿਖ ਕੇ ਦਿੱਤਾ ਵਾ ਅਸੀਂ ਤਾਂ ਉਹਦੇ ਉੱਤੇ ਹੀ ਕਾਰਵਾਈ ਕਰਾਂਗੇ। ਠੀਕ ਹੈ ਸਰ।
सबसक्राइब करो निडर आवाज़ टीवी नू ते ताज़ा वीडियोज़ पाउन लई बैल दा बटन दबाओ।